ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ ਤੇ ਇਹ ਨਵੀਂ ਜਾਣਕਾਰੀ ਹੈਗੀ ਹੈ ਅਪਕਮਿੰਗ ਪੰਜਾਬੀ ਸੌਂਗ ਨੂੰ ਲੈ ਕੇ ਰੀਸੈਂਟਲੀ ਇੱਕ ਨਵੇਂ ਗਾਣੇ ਦੀ ਅਨਾਊਂਸਮੈਂਟ ਹੋਈ ਹੈ ਇਹ ਗਾਣਾ ਜੀ ਬਹੁਤ ਖਾਸ ਹੋਣ ਵਾਲਾ ਹੈ ਤੇ ਬੇਹੱਦ ਚਕਮਾ ਹੋਣ ਵਾਲਾ ਹੈ ਇਸ ਗਾਣੇ ਨੂੰ ਯੂਥ ਬੇਹੱਦ ਪਸੰਦ ਕਰੇਗਾ ਤੇ ਇਸ ਗਾਣੇ ਦੇ ਬੋਲ ਵੀ ਬੇਹੱਦ ਯੂਨੀਕ ਹੋਣ ਵਾਲੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦਾ ਓਫੀਸ਼ੀਅਲ ਪੋਸਟਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਫੈਨਸ ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਰਾਈਜ਼ਿੰਗ ਸਟਾਰ ਕੁਰਾਲਾ ਮਾਨ ਵੱਲੋਂ ਉਹਨਾਂ ਦੇ ਨਵੇਂ ਗਾਣੇ ਦੀ ਅਨਾਊਂਸਮੈਂਟ ਕੀਤੀ ਗਈ ਹੈ ਇਹ ਗਾਣਾ ਹੈ ਜੀ ਲੈ ਦੱਸ ਕੁਰਾਲਾ ਮਾਨ ਦੇ ਨਵੇਂ ਗਾਣੇ ਲਈ ਫੈਨਸ ਬੇਹੱਦ ਬੇਤਾਬ ਨਜ਼ਰ ਆ ਰਹੇ ਨੇ ਲਗਾਤਾਰ ਫੈਨਸ ਕਮੈਂਟ ਸੈਕਸ਼ਨਸ ਦੇ ਵਿੱਚ ਆਪਣੀ ਐਕਸਾਈਟਮੈਂਟਸ ਜ਼ਾਹਿਰ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੁਰਾਲਾ ਮਾਨ ਨੇ ਗਾਣੇ ਦਾ ਅਫੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ 12 ਜਨਵਰੀ ਨੂੰ ਲੈ ਦੱਸ ਗੀਤ ਦੇ ਨਾਲ ਉਮੀਦ ਕਰਦਾ ਹਾਂ ਜਿਵੇਂ ਬਾਕੀ ਗੀਤਾਂ ਨੂੰ ਪਿਆਰ ਦਿੱਤਾ ਹੈ ਤੁਸੀਂ ਇਸ ਗੀਤ ਨੂੰ ਵੀ ਕਬੂਲ ਕਰੋਗੇ ਸਾਡੀ ਮਿਰਜ਼ੇ ਦੇ ਨਾਲ ਬਣਦੀ ਨਹੀਂ ਤੇ ਕਿਸੇ ਨਹੀਂ ਪੜਦੇ ਹੀਰਾ ਦੇ ਕੈਪਸ਼ਨ ਤੋਂ ਇੱਕ ਗੱਲ ਤਾਂ ਪੱਕੀ ਕੁਰਾਲਾ ਮਾਨ ਦਾ ਬੇਹੱਦ ਅੜਬ ਸੁਭਾਅ ਇਸ ਗਾਣੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲਣ ਵਾਲਾ ਹੈ ਤੁਹਾਨੂੰ ਦੱਸ ਦਵਾਂ ਕਿ ਲੈ ਦੱਸ ਗਾਣੇ ਦੇ ਬੋਲ ਕੁਰਾਲਾ ਮਾਨ ਨੇ ਲਿਖੇ ਨੇ ਤੇ ਇਸ ਗਾਣੇ ਨੂੰ ਕੁਰਾਲਾ ਮਾਨ ਨੇ ਦ ਮੋਸਟ ਫੇਮਸ ਸਿੰਗਰ ਗੁਰਲੇਜ਼ ਅਖਤਰ ਦੇ ਨਾਲ ਮਿਲ ਕੇ ਗਏ ਯਾਨੀ ਕਿ ਗੁਰਲੇਜ਼ ਅਖਤਰ ਤੇ ਕੁਰਾਲਾ ਮਾਨ ਦੀ ਜੋੜੀ ਇੱਕ ਵਾਰ ਫੇਰ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਧਮਾਕੇ ਲਈ ਬਿਲਕੁਲ ਤਿਆਰ ਹੈ ਤੇ ਇਸ ਗਾਣੇ ਨੂੰ ਮਿਊਜ਼ਿਕ ਗੁਰਸਿੱਧੂ ਨੇ ਦਿੱਤਾ ਹੈ ਇਸ ਸੌਂਗ ਦਾ ਟੀਜ਼ਰ ਵੀ ਕੁਰਾਲਾ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਟੀਜ਼ਰ ਦੇਖਣ ਤੋਂ ਬਾਅਦ ਫੈਨਸ ਹੋਰ ਜ਼ਿਆਦਾ ਐਕਸਾਈਟਡ ਨੇ ਇਸ ਗਾਣੇ ਦੇ ਲਈ ਇੱਕ ਫੈਨ ਨੇ ਲਿਖਿਆ ਜੱਟਾ ਖਿੱਚ ਕੇ ਰੱਖ ਦੂਜੇ ਨੇ ਲਿਖਿਆ ਲਵ ਯੂ ਜੱਟਾ ਉੱਥੇ ਹੀ ਲਗਾਤਾਰ ਫੈਨ ਵਾਓ ਬਿਗ ਫੈਨ ਵਰਗੇ ਕਈ ਕਮੈਂਟਸ ਕਰ ਰਹੇ ਨੇ ਲਗਾਤਾਰ ਫੈਨਸ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਨੇ ਸੋ ਗਾਇਜ਼ ਕੁਰਾਲਾ ਮਾਨ ਦੇ ਨਵੇਂ ਗਾਣੇ ਲਈ ਤੁਸੀਂ ਕਿੰਨੇ ਐਕਸਾਈਟਡ ਹੋ ਕਮੈਂਟ ਸੈਕਸ਼ਨਸ ਦੇ ਵਿੱਚ ਆਪਣੀ ਐਕਸਾਈਟਮੈਂਟ ਜ਼ਰੂਰ ਜ਼ਾਹਿਰ ਕਰਿਓ ਤੇ ਗਾਣੇ ਦੇ ਨਾਲ ਜੁੜੀ ਹੋਰ ਵੀ ਜਾਣਕਾਰੀ ਲਈ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸਤਿ ਸ਼੍ਰੀ ਅਕਾਲ